ਸੜਕ ਦੇ ਕਿਨਾਰੇ 'ਤੇ ਖੜ੍ਹਾ ਇਹ ਨੌਜਵਾਨ ਜਿਸ ਨੂੰ ਬਿਲਕੁਲ ਵੀ ਹੋਸ਼ ਨਹੀਂ। ਦਰਅਸਲ ਇਸਨੇ ਨਸ਼ਾ ਇੰਨਾ ਕੀਤਾ ਹੋਇਆ ਕਿ ਖੜ੍ਹਨ ਤੋਂ ਵੀ ਅਸਮਰਥ ਹੈ। ਕਿਸੇ ਨੇ ਮੋਬਾਈਲ ਫੋਨ ਦੇ ਵਿੱਚ ਇਸ ਦੀ ਵੀਡੀਓ ਬਣਾਈ। ਸੜਕ ਦੇ ਕਿਨਾਰੇ 'ਤੇ ਖੜ੍ਹਾ ਨਸ਼ੇ ਦੇ ਨਾਲ ਝੂਲ ਰਿਹਾ, ਹੋਸ਼ ਇਸ ਨੂੰ ਨਹੀਂ, ਆਖਿਰਕਾਰ ਇਹ ਕਰ ਕੀ ਰਿਹਾ। ਸੋ ਇਹ ਤਸਵੀਰਾਂ ਬਟਾਲਾ ਦੇ ਗੁਰਦਾਸਪੁਰ ਰੋਡ ਦੀਆਂ ਨੇ, ਜਿੱਥੇ ਨਸ਼ੇ ਦੇ ਵਿੱਚ ਇਹ ਨੌਜਵਾਨ ਝੂਲ ਰਿਹਾ। ਪੰਜਾਬ ਦੀ ਤ੍ਰਾਸਦੀ ਨੂੰ ਬਿਆਨ ਕਰਦੀਆਂ ਨੇ ਇਹ ਤਸਵੀਰਾਂ, ਕਿਸ ਤਰੀਕੇ ਦੇ ਨਾਲ ਨਸ਼ਾ ਵੱਧ ਰਿਹਾ ਔਰ ਨੌਜਵਾਨ ਪੀੜ੍ਹੀ ਨਸ਼ੇ ਦੇ ਵਿੱਚ ਗੁਲਤਾਨ ਹੋ ਰਹੀ ਹੈ। ਸੋ ਇਹ ਨੌਜਵਾਨ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿਵੇਂ ਨਸ਼ੇ ਦੇ ਵਿੱਚ ਧੁੱਤ ਹੈ, ਬਿਲਕੁਲ ਵੀ ਸੁੱਧ ਬੁੱਧ ਨਹੀਂ ਕਿ ਆਖਿਰਕਾਰ ਕਰ ਕੀ ਰਿਹਾ। ਲੱਤਾਂ ਵੀ ਇਸ ਦੀਆਂ ਭਾਰ ਨਹੀਂ ਚੱਲ ਰਹੀਆਂ। ਸੋ ਕਿਸੇ ਨੇ ਮੋਬਾਈਲ ਫੋਨ ਦੇ ਵਿੱਚ ਇਹ ਵੀਡੀਓ ਬਣਾਈ। ਗੁਰਦਾਸਪੁਰ ਰੋਡ ਦੀਆਂ ਇਹ ਤਸਵੀਰਾਂ ਨੇ ਜਿੱਥੇ ਸੜਕ ਦੇ ਕਿਨਾਰੇ 'ਤੇ ਇਹ ਨੌਜਵਾਨ ਖੜ੍ਹਾ ਔਰ ਲੋਕ ਇਸ ਨੂੰ ਦੇਖ ਦੇਖ ਕੇ ਲੰਘ ਰਹੇ ਨੇ। ਦੱਸਦੇ ਕਿ ਇਹ ਤਸਵੀਰਾਂ ਕੋਈ ਪਹਿਲੀ ਵਾਰ ਸਾਹਮਣੇ ਨਹੀਂ ਆਈਆਂ। ਇਸ ਤੋਂ ਪਹਿਲਾਂ ਵੀ ਪੰਜਾਬ ਦੇ ਵੱਖ ਵੱਖ ਕੋਨਿਆਂ ਦੇ ਵਿੱਚ ਨਸ਼ੇ ਦੇ ਵਿੱਚ ਗੁਲਤਾਨ ਨੌਜਵਾਨਾਂ ਦੀਆਂ ਤਸਵੀਰਾਂ ਚਰਚਾ ਦਾ ਵਿਸ਼ਾ ਬਣਦੀਆਂ ਨੇ। ਸੜਕ ਦੇ ਕਿਨਾਰੇ 'ਤੇ ਖੜ੍ਹਾ ਇਹ ਨੌਜਵਾਨ ਜਿਸ ਨੂੰ ਬਿਲਕੁਲ ਵੀ ਹੋਸ਼ ਨਹੀਂ। ਦਰਅਸਲ ਇਸਨੇ ਨਸ਼ਾ ਇੰਨਾ ਕੀਤਾ ਹੋਇਆ ਕਿ ਖੜ੍ਹਨ ਤੋਂ ਵੀ ਅਸਮਰਥ ਹੈ। ਕਿਸੇ ਨੇ ਮੋਬਾਈਲ ਫੋਨ ਦੇ ਵਿੱਚ ਇਸ ਦੀ ਵੀਡੀਓ ਬਣਾਈ। ਸੜਕ ਦੇ ਕਿਨਾਰੇ 'ਤੇ ਖੜ੍ਹਾ ਨਸ਼ੇ ਦੇ ਨਾਲ ਝੂਲ ਰਿਹਾ, ਹੋਸ਼ ਇਸ ਨੂੰ ਨਹੀਂ, ਆਖਿਰਕਾਰ ਇਹ ਕਰ ਕੀ ਰਿਹਾ। ਸੋ ਇਹ ਤਸਵੀਰਾਂ ਬਟਾਲਾ ਦੇ ਗੁਰਦਾਸਪੁਰ ਰੋਡ ਦੀਆਂ ਨੇ, ਜਿੱਥੇ ਨਸ਼ੇ ਦੇ ਵਿੱਚ ਇਹ ਨੌਜਵਾਨ ਝੂਲ ਰਿਹਾ। ਪੰਜਾਬ ਦੀ ਤ੍ਰਾਸਦੀ ਨੂੰ ਬਿਆਨ ਕਰਦੀਆਂ ਨੇ ਇਹ ਤਸਵੀਰਾਂ, ਕਿਸ ਤਰੀਕੇ ਦੇ ਨਾਲ ਨਸ਼ਾ ਵੱਧ ਰਿਹਾ ਔਰ ਨੌਜਵਾਨ ਪੀੜ੍ਹੀ ਨਸ਼ੇ ਦੇ ਵਿੱਚ ਗੁਲਤਾਨ ਹੋ ਰਹੀ ਹੈ। ਸੋ ਇਹ ਨੌਜਵਾਨ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿਵੇਂ ਨਸ਼ੇ ਦੇ ਵਿੱਚ ਧੁੱਤ ਹੈ, ਬਿਲਕੁਲ ਵੀ ਸੁੱਧ ਬੁੱਧ ਨਹੀਂ ਕਿ ਆਖਿਰਕਾਰ ਕਰ ਕੀ ਰਿਹਾ। ਲੱਤਾਂ ਵੀ ਇਸ ਦੀਆਂ ਭਾਰ ਨਹੀਂ ਚੱਲ ਰਹੀਆਂ। ਸੋ ਕਿਸੇ ਨੇ ਮੋਬਾਈਲ ਫੋਨ ਦੇ ਵਿੱਚ ਇਹ ਵੀਡੀਓ ਬਣਾਈ। ਗੁਰਦਾਸਪੁਰ ਰੋਡ ਦੀਆਂ ਇਹ ਤਸਵੀਰਾਂ ਨੇ ਜਿੱਥੇ ਸੜਕ ਦੇ ਕਿਨਾਰੇ 'ਤੇ ਇਹ ਨੌਜਵਾਨ ਖੜ੍ਹਾ ਔਰ ਲੋਕ ਇਸ ਨੂੰ ਦੇਖ ਦੇਖ ਕੇ ਲੰਘ ਰਹੇ ਨੇ। ਦੱਸਦੇ ਕਿ ਇਹ ਤਸਵੀਰਾਂ ਕੋਈ ਪਹਿਲੀ ਵਾਰ ਸਾਹਮਣੇ ਨਹੀਂ ਆਈਆਂ। ਇਸ ਤੋਂ ਪਹਿਲਾਂ ਵੀ ਪੰਜਾਬ ਦੇ ਵੱਖ ਵੱਖ ਕੋਨਿਆਂ ਦੇ ਵਿੱਚ ਨਸ਼ੇ ਦੇ ਵਿੱਚ ਗੁਲਤਾਨ ਨੌਜਵਾਨਾਂ ਦੀਆਂ ਤਸਵੀਰਾਂ ਚਰਚਾ ਦਾ ਵਿਸ਼ਾ ਬਣਦੀਆਂ ਨੇ। ਸੜਕ ਦੇ ਕਿਨਾਰੇ 'ਤੇ ਖੜ੍ਹਾ ਇਹ ਨੌਜਵਾਨ ਜਿਸ ਨੂੰ ਬਿਲਕੁਲ ਵੀ ਹੋਸ਼ ਨਹੀਂ। ਦਰਅਸਲ ਇਸਨੇ ਨਸ਼ਾ ਇੰਨਾ ਕੀਤਾ ਹੋਇਆ ਕਿ ਖੜ੍ਹਨ ਤੋਂ ਵੀ ਅਸਮਰਥ ਹੈ। ਕਿਸੇ ਨੇ ਮੋਬਾਈਲ ਫੋਨ ਦੇ ਵਿੱਚ ਇਸ ਦੀ ਵੀਡੀਓ ਬਣਾਈ। ਸੜਕ ਦੇ ਕਿਨਾਰੇ 'ਤੇ ਖੜ੍ਹਾ ਨਸ਼ੇ ਦੇ ਨਾਲ ਝੂਲ ਰਿਹਾ, ਹੋਸ਼ ਇਸ ਨੂੰ ਨਹੀਂ, ਆਖਿਰਕਾਰ ਇਹ ਕਰ ਕੀ ਰਿਹਾ। ਸੋ ਇਹ ਤਸਵੀਰਾਂ ਬਟਾਲਾ ਦੇ ਗੁਰਦਾਸਪੁਰ ਰੋਡ ਦੀਆਂ ਨੇ, ਜਿੱਥੇ ਨਸ਼ੇ ਦੇ ਵਿੱਚ ਇਹ ਨੌਜਵਾਨ ਝੂਲ ਰਿਹਾ। ਪੰਜਾਬ ਦੀ ਤ੍ਰਾਸਦੀ ਨੂੰ ਬਿਆਨ ਕਰਦੀਆਂ ਨੇ ਇਹ ਤਸਵੀਰਾਂ, ਕਿਸ ਤਰੀਕੇ ਦੇ ਨਾਲ ਨਸ਼ਾ ਵੱਧ ਰਿਹਾ ਔਰ ਨੌਜਵਾਨ ਪੀੜ੍ਹੀ ਨਸ਼ੇ ਦੇ ਵਿੱਚ ਗੁਲਤਾਨ ਹੋ ਰਹੀ ਹੈ। ਸੋ ਇਹ ਨੌਜਵਾਨ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿਵੇਂ ਨਸ਼ੇ ਦੇ ਵਿੱਚ ਧੁੱਤ ਹੈ, ਬਿਲਕੁਲ ਵੀ ਸੁੱਧ ਬੁੱਧ ਨਹੀਂ ਕਿ ਆਖਿਰਕਾਰ ਕਰ ਕੀ ਰਿਹਾ। ਲੱਤਾਂ ਵੀ ਇਸ ਦੀਆਂ ਭਾਰ ਨਹੀਂ ਚੱਲ ਰਹੀਆਂ। ਸੋ ਕਿਸੇ ਨੇ ਮੋਬਾਈਲ ਫੋਨ ਦੇ ਵਿੱਚ ਇਹ ਵੀਡੀਓ ਬਣਾਈ। ਗੁਰਦਾਸਪੁਰ ਰੋਡ ਦੀਆਂ ਇਹ ਤਸਵੀਰਾਂ ਨੇ ਜਿੱਥੇ ਸੜਕ ਦੇ ਕਿਨਾਰੇ 'ਤੇ ਇਹ ਨੌਜਵਾਨ ਖੜ੍ਹਾ ਔਰ ਲੋਕ ਇਸ ਨੂੰ ਦੇਖ ਦੇਖ ਕੇ ਲੰਘ ਰਹੇ ਨੇ। ਦੱਸਦੇ ਕਿ ਇਹ ਤਸਵੀਰਾਂ ਕੋਈ ਪਹਿਲੀ ਵਾਰ ਸਾਹਮਣੇ ਨਹੀਂ ਆਈਆਂ। ਇਸ ਤੋਂ ਪਹਿਲਾਂ ਵੀ ਪੰਜਾਬ ਦੇ ਵੱਖ ਵੱਖ ਕੋਨਿਆਂ ਦੇ ਵਿੱਚ ਨਸ਼ੇ ਦੇ ਵਿੱਚ ਗੁਲਤਾਨ ਨੌਜਵਾਨਾਂ ਦੀਆਂ ਤਸਵੀਰਾਂ ਚਰਚਾ ਦਾ ਵਿਸ਼ਾ ਬਣਦੀਆਂ ਨੇ।